ਇੱਕ ਆਦਮੀ ਹੈ ਅਤੇ ਉਸ ਮੈਨੂੰ ਆਪਣੀ ਕਾਰਗੁਜ਼ਾਰੀ ਸੁਣਾਈ, ਪਛਤਾ ਪਿਆ, ਰੋ ਪਿਆ, ਤੌਬਾ ਕਰ ਲਈ ਉਸ, ਹਾਲਾਂਕਿ ਉਹਦਾ ਦੀਨ ਇਸਲਾਮ ਨਾਲ ਤਾਲੁਕ ਹੀ ਕੋਈ ਨਾ ਆਈ, UK ਦੇ ਅੰਦਰ ਰਹਿੰਦਾ ਹੈ। ਫਿਰ ਅੱਲਾ ਨੇ ਉਹਨੂੰ ਤੌਫੀਕ ਦਿੱਤੀ, ਤੌਬਾ ਕੀਤੀ, ਉਸ ਸਹੀ ਅੰਦਰੋਂ ਬਾਹਰੋਂ ਸੱਚਾ ਮੁਸਲਮਾਨ ਬਣਿਆ। ਪੁੱਛਿਆ ਵੀ ਕਿਆ ਵਜ੍ਹਾ ਬਣੀ ਹੈ, ਕਿਸ ਸਬਬ ਬਣਿਆ? ਉਸ ਆਖਿਆ ਮੈਂ ਗੋਰਿਆਂ ਦੇ ਇਕੱਠੇ ਰਹਿੰਦਾ, ਉਹਨਾਂ ਦੇ ਨਾਲ ਜੋ ਰਹਿੰਦੇ ਆ ਅਸੀਂ ਖਾਣਾ ਪੀਣਾ ਵੀ ਇਕੱਠੇ ਆਉਂਦਾ ਹੈ। ਇੱਕ ਗੋਰਾ ਮੇਰਾ ਦੋਸਤ ਆ ਹੈ, ਉਹ ਸਾਡੀ ਦਾਵਤ ਕੀਤੀ, ਪਾਰਟੀ ਕੀਤੀ, ਸਾਨੂੰ ਬੁਲਾਇਆ ਉਸ, ਔਰ ਥੋੜ੍ਹੇ ਥੋੜ੍ਹੇ ਵਕਫੇ ਦੇ ਬਾਅਦ ਨਾ ਮੁਖਤਲਿਫ ਡਿਸ਼ਾਂ ਆਉਂਦੀਆਂ ਗਈਆਂ ਖਾਣੇ ਦੀਆਂ। ਪਹਿਲੇ ਇੱਕ ਡਿਸ਼ ਆਈ, ਥੋੜ੍ਹਾ ਥੋੜ੍ਹਾ ਸਾ ਚੱਖਿਆ, ਫਿਰ ਕੋਈ 15 ਕੁ ਮਿੰਟ ਤੋਂ ਬਾਅਦ ਦੂਸਰੀ ਆ ਗਈ, ਫਿਰ ਅਸਾਂ ਉਹ ਖਾਧਾ। ਨਾਲ ਨਾਲ ਉਹ ਮੀਟ ਵੀ ਇਸਤੇਮਾਲ ਕਰ ਰਹੇ ਹਾਂ ਅਤੇ ਸ਼ਰਾਬ ਵੀ ਪੀ ਰਹੇ ਹਾਂ, ਗੋਰਾ ਵੀ ਪੀ ਰਿਹਾ, ਮੈਂ ਵੀ ਪੀ ਰਿਹਾ। ਪੀਂਦੇ ਆ ਪੀਂਦਾ ਆਖਰੀ ਡਿਸ਼ ਆਈ ਖਿਨਜ਼ੀਰ ਦੇ ਗੋਸ਼ਤ ਦੀ। ਉਸ ਅੱਗੇ ਮੇਰੇ ਸਾਹਮਣੇ ਕੀਤੀ, ਮੈਂ ਜਿਹੜੇ ਪਿੱਛਾ ਦਿੱਖ ਛੋੜੀ ਉਹ ਡਿਸ਼, ਉਸ ਮੈਨੂੰ ਦੱਸਿਆ ਵੀ ਇਹ ਖਿਨਜ਼ੀਰ ਦਾ ਗੋਸ਼ਤ ਹੈ। ਮੈਂ ਆਖਿਆ ਮੈਂ ਨਹੀਂ ਖਾਂਦਾ। ਉਸ ਅੱਗੇ ਵਜ੍ਹਾ ਮੈਂ ਜਿਹੜੇ ਉਹਨੂੰ ਆਖਿਆ ਮੈਂ ਮੁਸਲਮਾਨ ਹਾਂ ਯਾਰ, ਸਾਡੇ ਇਸਲਾਮ ਵਿੱਚ ਇਹ ਹਰਾਮ ਹੈ, ਖਿਨਜ਼ੀਰ ਮੈਂ ਨਹੀਂ ਖਾਂਦਾ। ਉਸ ਆਖਿਆ ਅੱਛਾ, ਅਤੇ ਇਹ ਜਿਹੜੀ ਸ਼ਰਾਬ ਬੈਠਾ ਪੀਣਾ ਇਹ ਤੁਹਾਡੇ ਇਸਲਾਮ ਵਿੱਚ ਹਲਾਲ ਹੈ? ਗੋਰੇ ਨੇ ਮੈਨੂੰ ਕਿਹਾ। ਉਸ ਆਖਿਆ ਜਿਤਨਾ ਪਹਿਲੇ ਡਿਸ਼ਾਂ ਖਾਧੀਆਂ ਨੇ ਇਹ ਸਾਰੀਆਂ ਹਲਾਲ ਹਨ, ਇਹ ਵੀ ਹਰਾਮ ਹਨ। ਅਗਰ ਇਸਲਾਮ ਦੀ ਗੱਲ ਕਰੇ ਤਾਂ ਤੁਹਾਡੀ ਉਸ ਇਸਲਾਮ ਵਿੱਚ ਸਾਰੀਆਂ ਡਿਸ਼ਾਂ ਹਰਾਮ ਹੈ, ਉਹ ਤੂੰ ਖਾ ਲਈਆਂ, ਇੱਕੋ ਖਿਨਜ਼ੀਰ ਹਰਾਮ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਉਸ ਜਿਹੜੇ ਮੇਰੀ ਗੋਰੇ ਨੇ ਇਤਨੀ ਬੇਇੱਜ਼ਤੀ ਕੀਤੀ ਕਿ ਉਹ ਸਿਰਫ ਮੈਨੂੰ ਪੌਲੇ ਨਹੀਂ ਮਾਰੇ, ਗੱਲਾਂ ਗੱਲਾਂ ਦੇ ਅੰਦਰ ਉਸ ਮੈਨੂੰ ਇਤਨਾ ਸ਼ਰਮਿੰਦਾ ਕੀਤਾ, ਸ਼ਰਮਸਾਰ ਕੀਤਾ, ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਅਜਾਨ ਮੈਂ ਮੁਸਲਮਾਨ। ਉਸ ਵਕਤ ਮੇਰੇ ਅੰਦਰ ਥੋੜ੍ਹਾ ਜਿਹਾ ਖੌਫ ਪੈਦਾ ਹੋਇਆ ਕਿ ਯਾਰ ਇੱਕ ਗੈਰ ਮੁਸਲਿਮ ਇਤਨਾ ਇਸਲਾਮ ਨੂੰ ਸਮਝਦਾ ਅਤੇ ਮੈਂ ਮੁਸਲਮਾਨ ਹੋ ਕੇ ਮੈਨੂੰ ਇਸਲਾਮ ਦੀ ਪਰਵਾਹ ਹੀ ਕੋਈ ਨਹੀਂ। ਉਸ ਦਿਨ ਤੋਂ ਮੈਂ ਤੌਬਾ ਕੀਤੀ, ਮੈਂ ਫਿਰ ਅੱਲਾਹ ਨਾਲ ਵਾਅਦਾ ਕੀਤਾ ਕਿ ਆਇੰਦਾ ਮੈਂ ਉਹ ਕੰਮ ਨਾ ਕਰੇ ਸਾਂ ਜਿਹੜਾ ਕੰਮ ਮੇਰੇ ਮੁਹੰਮਦ ਦੀ ਸ਼ਰੀਅਤ ਦੇ ਖਿਲਾਫ ਸੀ। ਇੱਥੇ ਦਾੜੀ ਹੈ ਮਾਸ਼ਾ ਅੱਲਾਹ ਉਹਦੀ, ਪਾਬੰਦ 100 ਮੁਸਲਾਤ ਦਾ ਹੈ, ਬੜਾ ਬਜ਼ੁਰਗ ਬਣ ਗਿਆ। ਤੋ ਮਤਲਬ ਕਿਆ ਹੈ, ਕਮ ਅਜ਼ ਕਮ ਮੁਸਲਮਾਨ ਨੂੰ ਇਤਨਾ ਮੁਹੰਮਦ ਦੀ ਸੁਨਤ 'ਤੇ ਅਮਲ ਕਰਨਾ ਚਾਹੀਦਾ ਹੈ ਕਿ ਕਾਫਿਰ ਨੂੰ ਵੀ ਪਤਾ ਲੱਗੇ ਕਿ ਵਾਕਈ ਇਹਦੇ ਉੱਤੇ ਇਸਲਾਮ ਦਾ ਰੰਗ ਚੜ੍ਹਿਆ ਹੋਇਆ। ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਹੁਣ ਲੋਟੇ ਤਾਂ ਇੰਜ ਕਰੋ ਚਾਹ, ਇੰਜ ਨਹੀਂ ਕਰਦੇ ਜੋ ਖਾੜੀਆਂ ਸਾਰਿਆਂ ਦੀ ਨਜ਼ਰ ਆਉਂਦੀ ਹੈ ਬਈ ਯਾਰ। ਭਾਈਓ, ਸੋਹਣੇ ਮੁਹੰਮਦ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਵਜੂਦ ਰੱਬ ਨੇ ਇਸ ਉਮਤ 'ਤੇ ਇਹਸਾਨ ਅਜ਼ੀਮ ਫਰਮਾਇਆ, ਉਸਦੇ ਫਜ਼ਾਇਲ ਓ ਮਨਾਕਿਬ ਅਤੇ ਕਮਾਲਾਤ ਰੱਬ ਨੇ ਤੌਰਾਤ ਅਤੇ ਇੰਜੀਲ ਦੇ ਅੰਦਰ ਵੀ ਬਿਆਨ ਫਰਮਾਏ ਹਨ। ਫਿਰ ਉਸ ਪੈਗੰਬਰ ਦੇ ਉੱਤੇ ਈਮਾਨ ਔਰ ਅਮਲ ਰੱਖਣ ਵਾਲੇ ਬਾ ਕਮਾਲ ਉਮਤੀ ਮੁਵਾਹਿਦ ਮੁਸਲਮਾਨਾਂ ਦਾ ਵੀ ਅੱਲਾਹ ਨੇ ਜ਼ਿਕਰ ਫਰਮਾਇਆ ਕਿ ਮੇਰੇ ਮੁਹੰਮਦ ਦੀ ਜਮਾਤ ਅਤੇ ਉਮਤ ਕਿਤਨੀ ਬਾ ਕਮਾਲ ਹੋਣੀ ਹੈ। ਜਿਸ ਉਮਤ ਦੀਆਂ ਧੁੰਮਾਂ ਰੱਬ ਪਹਿਲੀਆਂ ਕਿਤਾਬਾਂ 'ਚ ਕੀਤੀਆਂ ਹੋਈਆਂ ਹੋਵੇ ਅਤੇ ਉਹ ਉਮਤ ਗੂੰਗਲੂ ਵਾਲਾ ਮੂੰਹ ਲੈ ਕੇ ਅਤੇ ਅੱਲਾਹ ਦੀ ਅਦਾਲਤ 'ਚ ਗਈ ਖਲੋਤੀ ਹੋਵੇ, ਉਸ ਲਈ ਇਹਨੂੰ ਸ਼ਰਮ ਨਾ ਸੀ। ਬਰੇਲਵੀ ਦਿਓਬੰਦੀ ਤਾਂ ਬਣ ਗਏ ਉਸੇ, ਮਗਰ ਸੋਹਣੇ ਮੁਹੰਮਦ ਦੀ ਸੀਰਤ ਅਤੇ ਸੁਨਤ ਦਾ ਅੱਜ ਥੋੜ੍ਹੀ ਪੱਤਾ ਨਹੀਂ ਚੱਲਿਆ। ਆਪਣੀ ਪਹਿਚਾਣ ਅਸਾਂ ਫਿਰਕਿਆਂ ਤਕਸੀਮ ਹੋ ਕੇ ਕਰ ਲਈਏ, ਮਗਰ ਅੱਜ ਥੋੜ੍ਹੀ ਸੋਹਣੇ ਮੁਹੰਮਦ ਦੇ ਦੀਨ ਅਤੇ ਸ਼ਰੀਅਤ ਦਾ ਪੱਤਾ ਨਹੀਂ ਚੱਲਿਆ। ਜੇ ਕੋਈ ਗੱਲ ਕਰੇ ਹੀ ਸਹੀ ਜਾ, ਹੁਣ ਮੇਰੇ ਕਿਤਨੇ ਨੌਜਵਾਨ ਜਾਂ ਬਜ਼ੁਰਗ ਬੈਠੇ ਹੋ ਸਨ, ਅੰਦਰੋਂ ਵਸਲੀਂਦੇ ਬੈਠੇ ਹੋ ਸਨ, ਬਸ਼ਾਲਾ ਇਹ ਟਾਪਿਕ ਕੋਈ ਹੋਰ ਚ ਕਰਿਆ, ਇਹ ਦਾੜੀ ਵਾਲੀ ਗੱਲ ਨਾ ਕਰਿਆ, ਸੱਜੇ ਖੱਬੇ ਟੱਪ ਜਾਵੇ ਆ ਵਲਸੀ
ਤੈਨੂੰ ਮੇਰੇ ਅਲਫਾਜ਼ਾਂ ਦੀ ਤਕਲੀਫ ਮਹਿਸੂਸ ਹੋ ਰਹੀ ਹੈ ਤਾਂ ਜ਼ਰਾ ਸੋਚ, ਇੱਕ ਸ਼ਹਿਨਸ਼ਾਹ ਦੀ ਅਦਾਲਤ ਦਾ ਦਿਨ ਵੀ ਲੱਗਣਾ ਹੈ, ਉੱਥੇ ਅਗਰ ਤੈਨੂੰ ਰੋਣਾ ਨਸੀਬ ਹੋਇਆ ਨਾ ਤਾਂ ਸੱਕੇ ਮਾਂ ਪਿਓ ਨੇ ਵੀ ਤੇਰੇ ਨੇੜੇ ਕੋ ਨਹੀਂ ਲੱਗਣਾ। ਯੌਮ ਯਫਿਰੁਲ ਮਰਉ ਮਿਨ ਅਖੀਹਿ ਵ ਉਮਿਹਿ ਵ ਅਬੀਹਿ ਵ ਸਾਹਿਬਤਿਹਿ ਵ ਬਨੀਹਿ, ਸਾਰੇ ਰਿਸ਼ਤੇ ਫੁੱਟ ਗਏ ਸਨ ਤੇ ਜੇ ਇੱਥੇ ਸੋਹਣੇ ਮੁਹੰਮਦ ਪਾਕ ਦੀ ਸੀਰਤ ਔਰ ਸੁਨਤ 'ਤੇ ਅਮਲ ਕੀਤਾ ਉਹ ਈਮਾਨ ਇੱਕ ਤੇਰੇ ਮੋਢੇ ਨਾਲ ਖਲੋਤਾ ਹੋ ਸਕੇ।